ਯਰ ਸਟੂਡੈਂਟਸ ਵੈਲਕਮ ਵਾਂਸ ਅਗੇਨ ਹਾਂਜੀ ਬੇਟਾ ਅੱਜ ਦੀ ਵੀਡੀਓ ਲੈਸਨ ਦੇ ਵਿੱਚ ਮੈਂ ਤੁਹਾਡੇ ਲਈ ਲੈਟਰ ਲੈ ਕੇ ਆਈਆਂ ਕਰਾਂਗੇ ਲੈਟਰ ਠੀਕ ਹੈ ਜਿਹੜੀ ਬਹੁਤ ਇੰਪੋਰਟੈਂਟ ਆ 6th ਕਲਾਸ ਤੋਂ ਲੈ ਕੇ ਆਲਮੋਸਟ ਸਾਰੀਆਂ ਕਲਾਸਸ ਦੇ ਵਿੱਚ ਇਹ ਲੈਟਰ ਆਉਂਦੀ ਹੀ ਆਉਂਦੀ ਆ ਕਿਸੇ ਨੂੰ ਅਪ੍ਰੈਲ ਮਈ ਦੇ ਸਿਲੇਬਸ ਚ ਹੋ ਕਿਸੇ ਨੂੰ ਜੁਲਾਈ ਅਗਸਟ ਦੇ ਚ ਹੋ ਬਟ ਇਹ ਲੈਟਰ ਹਰ ਇੱਕ ਕਲਾਸ ਚ ਹੈਗੀ ਹੋਈ ਆ ਓਕੇ ਸੋ ਇਸ ਨੂੰ ਇੱਥੇ ਤੁਸੀਂ ਅਗਰ 6th ਕਲਾਸ ਚੰਗੀ ਤਰੀਕੇ ਨਾਲ ਯਾਦ ਕਰ ਲੈਣੇ ਹੋ ਤਾਂ ਅੱਗੇ ਚੱਲ ਕੇ ਤੁਹਾਨੂੰ ਦੁਬਾਰਾ ਦੁਬਾਰਾ ਯਾਦ ਕਰਨ ਦੀ ਲੋੜ ਹੀ ਨਹੀਂ ਤੁਹਾਡ ਨੂੰ ਆਉਂਦੀ ਹੋਊ ਹੈਨਾ ਸੋ ਲੈਟਰ ਕਿਹੜੀ ਆ ਰਾਈਟ ਆ ਲੈਟਰ ਟੂ ਯੂਰ ਅੰਕਲ ਥਿੰਕਿੰਗ ਹਿਮ ਫਾਰ ਦਾ ਬਿਊਟੀਫੁਲ ਗਿਫਟ ਹੀ ਹੈਸ ਸੈਂਟ ਟੂ ਯੂ ਆਪਦੇ ਅੰਕਲ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਤੁਹਾਨੂੰ ਗਿਫਟ ਭੇਜਿਆ ਬਿਊਟੀਫੁਲ ਠੀਕ ਹੈ ਸੋ ਇੱਥੇ ਬਰਥਡੇ ਗਿਫਟ ਵੀ ਲਿਖਿਆ ਹੋ ਸਕਦਾਗਾ ਤਦ ਵੀ ਤੁਸੀਂ ਲੈਟਰ ਇਹੀ ਲਿਖਣੀ ਹੈ ਠੀਕ ਹੈ ਨਹੀਂ ਲਿਖਿਆ ਬਰਥਡੇ ਤਦ ਵੀ ਤੁਸੀਂ ਲੈਟਰ ਇਹੀ ਲਿਖਣੀ ਹੈ ਸੋ ਇਸੇ ਲਈ ਇੰਪੋਰਟੈਂਟ ਲੈਟਰ ਆ ਜਿਹੜੀਆਂ ਲੈਟਰਸ ਬੇਟਾਸੀਂ ਲਿਖਦੇ ਆਂ ਆਪਦੇ ਅੰਕਲ ਨੂੰ ਆਂਟ ਨੂੰ ਬ੍ਰਦਰ ਸਿਸਟਰ ਜ ਰਿਲੇਟਿਵਸ ਨੂੰ ਉਹਨ ਸਾਰੀਆਂ ਲੈਟਰਸ ਕਿਹੜੀ ਹੁੰਦੀਆਂ ਨੇ ਇਨਫਾਰਮਲ ਲੈਟਰਸ ਠੀਕ ਆ ਇਹਨਾਂ ਦਾ ਫਾਰਮੈਟ ਫਾਰਮਲ ਲੈਟਰਸ ਨਾਲੋਂ ਡਿਫਰੈਂਟ ਹੁੰਦਾ ਤੇ ਇੱਥੇ ਮੈਂ ਇੱਕ ਅਲੱਗ ਤੋਂ ਵੀਡੀਓ ਫਾਰਮੈਟ ਤੇ ਪੂਰੀ ਬਣਾਈ ਵੀ ਆ ਇਨਫਾਰਮਲ ਲੈਟਰਸ ਦਾ ਉਹ ਵੀ ਤੁਸੀਂ ਜਾ ਕੇ ਵੀਡੀਓ ਆਈ ਬਟਨ ਤੇ ਮੈਂ ਦੇ ਦਾਂਗੀ ਉੱਥੇ ਤੁਸੀਂ ਦੇਖ ਸਕਦੇ ਹੋ ਹੋਰ ਚੰਗੀ ਤਰੀਕੇ ਨਾਲ ਇਸ ਫਾਰਮੈਟ ਨੂੰ ਸਮਝ ਸਕਦੇ ਹੋ ਬੇਟਾ ਕਿਉਂਕਿ ਅੱਧੇ ਨੰਬਰ ਤਾਂ ਫਾਰਮੈਟ ਹੀ ਕਵਰ ਕਰ ਦਿੰਦਾ ਲੈਟਰ ਦੇ ਚਲੋ ਹੁਣ ਇੱਥੇ ਤੁਹਾਡੀ ਬੁੱਕ ਤੇ ਜੋ ਦਿੱਤਾ ਵੀ ਆਪਾਂ ਤੁਹਾਨੂੰ ਉਹ ਦੱਸ ਦੇਖੋ ਫਸਟ ਆਫ ਆਲ ਐਡਰੈਸ ਲਿਖਣਾ ਜਿਹੜਾ ਬੰਦਾ ਲਿਖ ਰਿਹਾ ਰਾਈਟਰ ਕੋਣਾ ਜੋ ਲੈਟਰ ਲਿਖ ਰਿਹਾ ਉਹ ਆਪਣਾ ਐਡਰੈਸ ਲਿਖੂ ਫਿਰ ਡੇਟ ਲਿਖਣੀ ਆ ਉਸ ਤੋਂ ਬਾਅਦ ਤੁਸੀਂ ਆਪ ਦੇ ਨਮਸਤੇ ਕਰਦੇ ਆ ਜਿਵੇਂ ਆਪਾਂ ਡੀਅਰ ਅੰਕਲ ਡੀਅਰ ਮਮ ਜੀ ਨੂੰ ਵੀ ਤੁਸੀਂ ਲੈਟਰ ਲਿਖ ਰਹੇ ਹੋ ਠੀਕ ਹੈ ਉਸ ਤੋਂ ਬਾਅਦ ਲੈਟਰ ਦੀ ਬੋਡੀ ਆ ਜੂਗੀ ਠੀਕ ਉਸ ਤੋਂ ਬਾਅਦ ਐਂਡ ਤੇ ਯੂਅਰਸ ਲਵਿੰਗਲੀ ਤੇ ਫਿਰ ਥੱਲੇ ਨਾਮ ਠੀਕ ਹੈ ਇਹ ਹੈਗਾ ਨਾ ਫਾਰਮੈਟ ਡਿਟੇਲ ਸਮਝਣ ਲਈ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਹੁਣ ਅਗਲਾ ਐਕਟੀਵਿਟੀ 15 ਹੈ ਠੀਕ ਹੈ ਲੈਸਨ ਨੰਬਰ ਥਰਡ ਆ ਜਿਹੜਾ ਉਹਦੀ ਲਾਸਟ ਐਕਟੀਵਿਟੀ ਆ ਦੇ ਨਾਲ ਤੁਹਾਡਾ ਜੁਲਾਈ ਅਪ੍ਰੈਲ ਮਈ ਦਾ ਜਿਹੜਾ ਸਿਲੇਬਸ ਉਹ ਸਾਰਾ ਕੰਪਲੀਟ ਹੋ ਜਾਊਗਾ ਇਸ ਤੋਂ ਬਾਅਦ ਜੁਲਾਈ ਟੈਸਟ ਲਈ ਤੁਸੀਂ ਰੈਡੀ ਹੋ ਜਾਓ ਨਿਵਾਰਨ ਕਰਕੇ ਹੁਣ ਇੱਕ ਵਾਰ ਸਟੇਟਮੈਂਟ ਦੁਬਾਰਾ ਚੈੱਕ ਕਰ ਲੋ ਰਾਈਟ ਆ ਰਿਲੇਟਡ ਟੂ ਯੂਅਰ ਅੰਕਲ ਥਿੰਕਿੰਗ ਹਿਮ ਫਾਰ ਦਾ ਬਿਊਟੀਫੁਲ ਗਿਫਟ ਹੀ ਹੈਸ ਸੈਂਟ ਟੂ ਯੂ ਦੇਖੋ ਕਿਤੇ ਵੀ ਸਟੇਟਮੈਂਟ ਦੇ ਵਿੱਚ ਕੋਈ ਐਡਰੈਸ ਨਹੀਂ ਦਿੱਤਾ ਗਿਆ ਕੋਈ ਨਾਮ ਨਹੀਂ ਦਿੱਤਾ ਗਿਆ ਕਈ ਵਾਰ ਤੁਹਾਨੂੰ ਵੱਡੀਆਂ ਕਲਾਸਾਂ ਜਾ ਕੇ ਇਹੀ ਲੈਟਰ ਉੱਥੇ ਲਿਖ ਕੇ ਆਉਸਪੋ ਯੂ ਆਰ ਅਮਨ ਤੇ ਤੁਹਾਡਾ ਐਡਰੈਸ ਵੀ ਇੱਕ ਦਿੱਤਾ ਹੋਇਆ ਆ ਤੁਹਾਡਾ ਐਡਰੈਸ ਹੈ ਹਨਾ ਸੋ ਅਗਰ ਐਡਰੈਸ ਦਿੱਤਾ ਹੋਇਆ ਸਟੇਟਮੈਂਟ ਦੇ ਵਿੱਚ ਤੁਸੀਂ ਉਹੀ ਐਡਰੈਸ ਲਿਖਣਾ ਨਾਮ ਦਿੱਤਾ ਹੋਇਆ ਤਾਂ ਤੁਸੀਂ ਉਹੀ ਨਾਮ ਲਿਖਣਾ ਅਗਰ ਕੋਈ ਨਾਮ ਕੋਈ ਐਡਰੈਸ ਨਹੀਂ ਦਿੱਤਾ ਵੇ ਫਿਰ ਤੁਸੀਂ ਜਿਹੜਾ ਮਰਜੀ ਐਡਰੈਸ ਲਿਖ ਸਕਦੇ ਹੋ ਬਟਾ ਜਿਹੜਾ ਮਰਜੀ ਨਾਮ ਲਿਖ ਸਕਦੇ ਹੋ ਓਕੇ ਹੁਣ ਚਲੋ ਜੀ ਆਪਾਂ ਫਸਟ ਆਪਾਂ ਗੱਲ ਕਰੀ ਸੀ ਐਡਰੈਸ ਦੀ ਮੈਂ ਇੱਥੇ ਤੁਹਾਡੇ ਲਈ ਐਡਰੈਸ ਲਿਖਤਾ ਸੌਖਾ ਜ 101 ਮਾਡਲ ਟਾਊਨ ਲੁਧਿਆਣਾ ਤੁਸੀਂ ਕੋਈ ਹੋਰ ਵੀ ਲਿਖ ਸਕਦੇ ਹੋ ਜਿਹੜਾ ਤੁਹਾਨੂੰ ਇਜ਼ੀ ਲੱਗਦਾ ਇੱਕ ਲਾਈਨ ਸਕਿਪ ਕਰਨੀ ਆ ਉਸ ਤੋਂ ਬਾਅਦ ਫਿਰ ਤੁਸੀਂ ਡੇਟ ਲਿਖਣੀ ਆ ਡੇਟ ਦਾ ਫਾਰਮੈਟ ਧਿਆਨ ਨਾਲ ਦੇਖ ਲਓ ਪਹਿਲਾਂ ਡੇਟ ਲਿਖਾਂਗੇ ਫਿਰ ਮੰਥ ਲਿਖਾਂਗੇ ਫਿਰ ਈਅਰ ਲਿਖਾਂਗੇ ਠੀਕ ਆ ਸੋ ਇਸ ਨੂੰ ਧਿਆਨ ਚ ਰੱਖਣਾਗਾ ਇੱਕ ਲਾਈਨ ਫਿਰ ਸਕਿਪ ਕਰਨੀ ਆ ਫਿਰ ਡੀਅਰ ਅੰਕਲ ਮਮ ਜੀ ਨੂੰ ਵੀ ਤੁਸੀਂ ਲੈਟਰ ਲਿਖ ਰਹੇ ਹੋ ਡੀਅਰ ਕਰਕੇ ਲਿਖ ਦਾਂਗੇ ਸੋ ਹੁਣ ਚੱਲਦੇ ਆ ਲੈਟਰ ਦੀ ਬੋਡੀ ਵੱਲ ਸੋ ਫਸਟ ਆਫ ਆਲ ਆਈ ਐਮ ਫਾਈਨ ਐਂਡ ਦਾ ਐਂਡ ਹੋਪ ਦਾ ਸੇਮ ਫਾਰ ਯੂ ਮੈਂ ਬਹੁਤ ਵਧੀਆ ਉਮੀਦ ਕਰਦਾ ਤੁਸੀਂ ਵੀ ਵਧੀਆ ਹੋਮੋਗੇ ਆਈ ਏਮ ਰਾਈਟਿੰਗ ਥਿਸ ਲੈਟਰ ਟੂ ਥੈਂਕ ਯੂ ਫॉर ਦਾ ਲਵਲੀ ਬਰਥਡੇ ਗਿਫਟ ਯੂ ਹੈਵ ਸੈਂਟ ਮੀ ਮੈਂ ਲੈਟਰ ਕਾਦੇ ਲਈ ਲਿਖ ਰਹਾਗਾ ਤੁਹਾਡਾ ਧੰਨਵਾਦ ਕਰਨ ਲਈ ਜਿਹੜਾ ਤੁਸੀਂ ਮੈਨੂੰ ਬਹੁਤ ਵਧੀਆ ਜਿਹੜਾ ਬਰਥਡੇ ਗਿਫਟ ਭੇਜਿਆ ਅਗਰ ਬਰਥਡੇ ਉੱਤੇ ਲਿਖਿਆ ਹੋਵੇ ਤੁਸੀਂ ਬਰਥਡੇ ਲਿਖ ਦਿਓ ਅਗਰ ਨਹੀਂ ਲਿਖਿਆ ਹੋਵੇ ਤੁਸੀਂ ਨਾ ਲਿਖੋ ਠੀਕ ਹੈ ਜਿਹੜਾ ਤੁਸੀਂ ਮੈਨੂੰ ਭੇਜਿਆ ਆਈ ਲਾਈਕ ਦਾ ਗਿਫਟ ਵੈਰੀ ਮਚ ਮੈਨੂੰ ਇਹ ਗਿਫਟ ਆ ਜਿਹੜਾ ਬਹੁਤ ਪਸੰਦਾ ਆ ਠੀਕ ਹੈ ਇਹ ਲਾਈਨਾਂ ਹੁੱਕ ਲਾਈਨਾਂ ਨੇ ਜਦੋਂ ਇਹ ਲੈਟਰ ਲਿਖਣੀ ਆ ਆਉਣੀਆਂ ਆਉਣੀਆਂ ਨੇ ਨੈਕਸਟ ਆ ਗਿਆ ਜੀ ਹੁਣ ਆਪਾਂ ਗੱਲ ਕਰਾਂਗੇ ਗਿਫਟ ਦੀ ਕਿ ਗਿਫਟ ਕਿਹੜਾ ਭੇਜਿਆ ਗਿਆ ਹੈ ਨਾ ਦ ਸਮਾਰਟ ਵਾਚ ਸੈਂਟ ਬਾਈ ਯੂ ਇਜ਼ ਬੈਰੀ ਬਿਊਟੀਫੁਲ ਹੁਣ ਮੈਂ ਇੱਥੇ ਆਮ ਤੌਰ ਤੇ ਆਪਾਂ ਵਾਚ ਹੀ ਲਿਖਦੇ ਹਾਂ ਨਾ ਜ਼ਰੂਰੀ ਨਹੀਂ ਹੈਗਾ ਤੁਸੀਂ ਸਾਈਕਲ ਲਿਖ ਲਓ ਤੁਸੀਂ ਕੋਈ ਡਰੈਸ ਮਿਲੀ ਆ ਅਗਰ ਗਿਫਟ ਤੁਹਾਨੂੰ ਤੁਸੀਂ ਡਰੈਸ ਲਿਖ ਸਕਦੇ ਹੋ ਫੋਨ ਲਿਖ ਸਕਦੇ ਹੋ ਆਈਪੈਡ ਲਿਖ ਸਕਦੇ ਹੋ ਲੈਪਟਾਪ ਲਿਖ ਸਕਦੇ ਹੋ ਜੋ ਮਰਜ਼ੀ ਲਿਖ ਲਓ ਮੈਂ ਇੱਥੇ ਇੱਕ ਸਮਾਰਟ ਵਾਚ ਲਿਖਤੀ ਠੀਕ ਹੈ ਵਿਚ ਇਜ਼ ਆਲਸੋ ਯੂਸਫੁਲ ਫ ਇਹ ਵੀ ਲਾਈਨ ਆਉਣੀ ਹੀ ਆਣੀ ਆ ਵੀ ਉਹ ਮੇਰੇ ਲਈ ਬਹੁਤ ਫਾਇਦੇਮੰਦ ਆ ਇਹ ਡਸ ਨੋਟ ਟੈਲ ਓਨਲੀ ਟਾਈਮ ਇਟ ਆਲਸੋ ਟਰੈਕ ਮਾਈ ਸਟੈਪਸ ਐਂਡ ਹਾਰਟ ਰੇਟਸ ਐਕਸਟਰਾ ਹੁਣ ਮੈਂ ਇੱਥੇ 스마트 ਵਾਚ ਦੀ ਗੱਲ ਕੀਤੀ ਆ ਮੈਂ ਕਿਹੜਾ ਗਿਫਟ ਲਿਖਾ 스마트 ਵਾਚ ਇਸ ਲਈ ਜਿਹੜੀ ਇਹ ਦੋ ਸੈਂਟੈਂਸ ਨੇ ਉਹਦੇ ਨਾਲ ਰਿਲੇਟਡ ਆਗੇ ਤੁਸੀਂ ਜਿਹੜਾ ਵੀ ਲਿਖੋਗੇ ਇਹ ਕਰ ਇਹੀ ਲਿਖ ਦਿਓ ਫਿਰ ਤੁਸੀਂ ਇਦਾਂ ਹੀ ਲਿਖ ਲਓ ਬੇਟਾ ਅਗਰ ਤੁਸੀਂ ਕੋਈ ਹੋਰ ਗਿਫਟ ਲਿਖ ਰਹੇ ਹੋ ਤੁਸੀਂ ਉਹਦੇ ਨਾਲ ਰਿਲੇਟਡ ਲਿਖ ਦੇਣੀ ਇਹਨਾਂ ਲਾਈਨਾਂ ਠੀਕ ਐ ਦੋ ਜਾਂ ਤਿੰਨ ਲਾਈਨਾਂ ਇਹ ਉਹਦੇ ਨਾਲ ਰਿਲੇਟਡ ਹੋਣੀਆਂ ਬਾਕੀ ਸਾਰੀਆਂ ਨਾਰਮਲ ਲਾਈਨਸ ਹੋਣਗੇ ਆ ਸੈਂਟੈਂਸਸ ਹੋਣਗੇ ਠੀਕ ਆ ਉਹ ਕਹਿੰਦਾ ਸਿਰਫ ਟਾਈਮ ਨਹੀਂ ਦੱਸਦੀ ਜਿਹੜੀ 스마트 ਵਾਚ ਆ ਉਹ ਕੀ ਕਰਦੀ ਆ ਮੇਰੇ ਸਟੈਪ ਵੀ ਟਰੈਕ ਕਰਦੀ ਆ ਗਿਣਦੀ ਆ ਮੇਰੀ ਹਾਰਟ ਬੀਟ ਵੀ ਦੱਸਦੀ ਆ ਹੈਨਾ ਇਟ ਆਲਸੋ ਸੋ ਮੈਨੀ ਮਲਟੀਪਲ ਫੀਚਰਸ ਵਿਚ ਅਟਰੈਕਟ ਮੀ ਐਂਡ ਮਾਈ ਫਰੈਂਡਸ ਇਟ ਬਹੁਤ ਸਾਰੇ ਮਲਟੀਪਲ ਫੀਚਰਸ ਨੇ ਜਿਹੜੇ ਮੈਨੂੰ ਤਾਂ ਅਟਰੈਕਟ ਕਰਦੀ ਕਰਦੇ ਨੇ ਫਰੈਂਡਸ ਨੂੰ ਵੀ ਅਟਰੈਕਟ ਕਰਦੇ ਨੇ ਸੋ 올 ਮਾਈ ਫਰੈਂਡਸ ਹੈਵ ਆਲਸੋ ਲਾਈਕਡ ਇਟ ਇਸ ਲਈ ਮੇਰੇ ਜਿਹੜੇ ਸਾਰੇ ਦੋਸਤ ਨੇ ਉਹ ਵੀ ਇਸ ਗਿਫਟ ਨੂੰ ਜਾਂ 스마트 ਵਾਚ ਨੂੰ ਬਹੁਤ ਪਸੰਦ ਕਰਦੇ ਨੇ Thank you once again for sending me such a precious gift. ਮੈਂ ਫੇਰ ਤੋਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਇੰਨਾ ਸੋਹਣਾ ਇੰਨਾ ਕੀਮਤੀ ਗਿਫਟ ਭੇਜਿਆ। Regarding to dear aunt and love to Amit. ਬਹੁਤ ਸਤਿਕਾਰ ਪਿਆਰੀ ਆਂਟੀ ਨੂੰ ਤੇ ਪਿਆਰ ਛੋਟੇ ਵੀਰ ਛੋਟੇ ਭੈਣ ਜਾਂ ਨਾਮ ਹਮੇ ਤੇ ਲਿਖਿਆ ਤੁਸੀਂ ਜਿਹੜਾ ਮਰਜ਼ੀ ਲਿਖ ਲਓ। Your lovingly Aman ਮੈਂ ਇੱਥੇ ਲਿਖਿਆ ਤੁਸੀਂ ਆਪਣਾ ਨਾਮ ਲਿਖ ਦੇਣਾ। Smart watch ਦੀ ਮੈਂ ਤੁਹਾਨੂੰ ਫੋਟੋ ਦਿੱਤੀ ਹੈ। ਬੜੀ ਹੀ ਵਧੀਆ ਚੀਜ਼ ਹੈ ਵੀ। ਹੈਨਾ? ਸੋ ਇਹ ਸੀ ਤੁਹਾਡੀ ਲੈਟਰ ਬੇਟਾ ਤੁਸੀਂ ਸਾਈਕਲ ਜੋ ਮਰਜ਼ੀ ਲਿਖ ਸਕਦੇ ਹੋ ਗਿਫਟ 2000 ਸੈਂਟੈਂਸ ਉਹਦੇ ਨਾਲ ਰਿਲੇਟਡ ਲਿਖ ਕੇ ਬਾਕੀ ਸਾਰਾ ਸੇਮ ਹੀ ਹੋਣਾ ਓਕੇ ਸੋ ਲੈਸਨ ਜਿਹੜਾ ਕੰਪਲੀਟ ਹੋ ਗਿਆ ਹੁਣ ਤੁਸੀਂ ਇਹਨੂੰ ਨੋਟ ਡਾਊਨ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੁਲਾਈ ਵਾਸਤੇ ਸਿਲੇਬਸ ਲਈ ਹੁਣ ਆਪਾਂ ਅਗਲੇ ਲੈਸਨ ਸਟਾਰਟ ਕਰਾਂਗੇ ਰੀਡ ਕਰਨੇ ਬਾਏ ਬੇਟਾ